ਹਾਂਜੀ ਜੱਤਸ਼੍ਰੀ ਕਾਲ ਦੀ ਸਾਰੇ ਪੰਜਾਬ ਵਾਸੀਆਂ ਨੂੰ ਤੇ ਚੈਨਲ ਪੰਜਾਬ ਵੈਦਰ ਤੇ ਤੁਹਾਡਾ ਸਭ ਦਾ ਸਵਾਗਤ ਹੈ। ਸੋ ਅੱਜ ਮੌਸਮ ਦੀ ਖਬਰ 17 ਤੇ 18 ਮਈ ਪੰਜਾਬ ਦੀ ਜਿਹੜੀ ਲੈ ਕੇ ਹਾਜ਼ਰ ਹੋਏ ਆਂ ਕਿ 17 ਤੇ 18 ਮਈ ਨੂੰ ਪੰਜਾਬ ਦਾ ਮੌਸਮ ਜਿਹੜਾ ਕਿਵੇਂ ਦਾ ਰਹਿਣ ਵਾਲਾ ਹੈ ਤੇ ਨਾਲ ਨਿਗਾਹ ਮਾਰਾਂਗੇ ਜਿਹੜਾ ਤੂਫਾਨ ਜਿਹੜਾ ਉੱਪਰ ਲਿਆ ਹੈ ਬੰਗਾਲ ਦੀ ਖਾੜੀ ਵਿੱਚ ਉਹਦੇ ਸੰਬੰਧੀ ਜੇ ਥੋੜੀ ਜਿਹੀ ਜਾਣਕਾਰੀ ਜਿਹੜੀ ਨਵੀਂ ਅਪਡੇਟ ਹੋਈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਪਹਿਲਾਂ ਸ਼ੁਰੂਆਤ ਕਰਦੇ ਆਂ ਪੰਜਾਬ ਦੇ ਮੌਸਮ ਦੀ ਜੇਕਰ ਪੰਜਾਬ ਦਾ ਮੌਸਮ ਦੇਖੀਏ ਤਾਂ ਆਪਾਂ ਨੂੰ ਜਿਹੜਾ 17 ਮਈ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਗਭਗ ਆਪਾਂ ਨੂੰ ਸਾਫ਼ ਦੇਖਣ ਨੂੰ ਮਿਲੇਗਾ ਮੀਂਹ ਦੇ ਹਾਲਾਤ ਪੰਜਾਬ ਵਿੱਚ ਨਹੀਂ ਹੋਣਗੇ ਹਲਕੀ ਟੁੱਟਵੀਂ ਬੱਦਲਵਾਈ ਦੇਖੀ ਜਾ ਸਕਦੀ ਹੈ ਤੇ ਨਾਲ ਜਿਹੜੀਆਂ ਮੱਧਮ ਰਫ਼ਤਾਰ ਦੀਆਂ ਹਵਾਵਾਂ ਨੇ ਉਹ ਵੀ ਚਲਦੀਆਂ ਰਹਿਣਗੀਆਂ ਸੋ ਇਸ ਦੇ ਦਰਮਿਆਨ 18 ਮਈ ਨੂੰ ਜਿਹੜਾ ਇੱਕ ਹਲਕਾ ਨਵਾਂ ਵੈਸਟਰਨ ਸਰਵੈਂਸ ਪਹੁੰਚ ਰਿਹਾ ਪਹਾੜੀ ਇਲਾਕਿਆਂ ਉੱਪਰ ਤਾਂ ਜਿਸ ਦਾ ਪ੍ਰਭਾਵ ਪੰਜਾਬ ਉੱਪਰ ਆਪਾਂ ਨੂੰ ਹਲਕੇ ਰੂਪ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਪੰਜਾਬ ਦੇ ਜਿਹੜੇ ਪਹਾੜੀ ਇਲਾਕਿਆਂ ਦੇ ਨੇੜੇ ਇਲਾਕੇ ਪੈਂਦੇ ਨੇ ਤਾਂ ਉਹਨਾਂ ਵਿੱਚ ਇੱਕ ਦੋ ਸਾਨਾਂ ਤੇ ਹੋ ਸਕਦਾ ਹੈ ਵੀ ਦਿਨ 18 ਮਈ ਨੂੰ ਬੂੰਦਾਬੰਦੀ ਜਿਹੜੇ ਕੁਝ ਕੁ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਪਰ ਬਾਕੀ ਪੰਜਾਬ ਦੇ ਇਲਾਕੇ ਜਿਹੜੇ ਉਹ ਖੁਸ਼ਕ ਰਹਿਣਗੇ ਉਹਨਾਂ ਵਿੱਚ ਕਿਸੇ ਵੀ ਤਰ੍ਹਾਂ ਕੋਈ ਮੀਂਹ ਪੈਣ ਦੇ ਹਾਲਾਤ ਫਿਲਹਾਲ ਨਜ਼ਰ ਨਹੀਂ ਆ ਰਹੇ ਹਨ ਤੇ ਜਿਹੜਾ ਪੰਜਾਬ ਦਾ ਮੌਸਮ ਹੈ 17 ਤੇ 18 ਮਈ ਨੂੰ ਇਸੇ ਤਰ੍ਹਾਂ ਬੱਦਲਬਾਈ ਹਲਕੀ ਟੁੱਟ ਮੀਂਹ ਦੇ ਨਾਲ ਤੇ ਚੰਗੀ ਧੁੱਪ ਵਾਲਾ ਤੇ ਸਾਫ਼ ਰਹੀ ਦੇਖਣ ਨੂੰ ਮਿਲੇਗਾ ਅਤੇ ਜਿਵੇਂ ਇਸ ਤੋਂ ਬਾਅਦ ਹੁਣ ਤੂਫਾਨ ਆਮਫਨ ਬਾਰੇ ਨਿਗਾਹ ਮਾਰੀਏ ਤਾਂ ਜਿਵੇਂ ਤੁਸੀਂ ਇਹ ਸੈਟੇਲਾਈਟ ਤਸਵੀਰ ਵਿੱਚ ਦੇਖ ਰਹੇ ਹੋ ਤਾਂ ਇਸ ਤੂਫਾਨ ਨੇ ਜਿਹੜਾ ਕਾਫੀ ਵੱਡਾ ਜਿਹੜਾ ਏਰੀਆ ਕਵਰ ਕੀਤਾ ਹੋਇਆ ਹੈ ਤੇ ਇੱਕ ਚੱਕਰਵਾਤੀ ਰੂਪ ਵਿੱਚ ਜਿਹੜਾ ਅੱਗੇ ਵਧ ਰਿਹਾ ਹੈ ਸੋ ਜਿਹੜੇ ਭਾਰਤ ਦੇ ਜਿਹੜੇ ਸੂਬੇ ਇਸ ਨਾਲ ਪ੍ਰਭਾਵਿਤ ਹੋਣ ਦੇ ਜਿਹੜੇ ਅਸਾਰ ਬਣ ਰਹੇ ਨੇ ਤਾਂ ਉਹਦੇ ਵਿੱਚ 오ਡੀਸਾ ਹੋ ਗਿਆ ਇਸ ਤੋਂ ਇਲਾਵਾ ਬੰਗਾਲ ਝਾਰਖੰਡ ਉੱਤ ਬਿਹਾਰ ਮਿਜ਼ੋਰਮ ਤੇ ਇਹਦੇ ਨਾਲ ਲੱਗਦੇ ਤ੍ਰੇਪੁਰਾ ਦੇ ਇਲਾਕੇ ਤੇ ਕੁਝ ਇਲਾਕੇ ਜਿਹੜੇ ਆ ਸਰਹੱਦੀ ਜਿਹੜੇ ਸਾਰੇ ਇਲਾਕੇ ਨੇ ਇਹ ਇਹ ਪ੍ਰਭਾਵਿਤ ਹੋਣ ਦੇ ਜਿਹੜੇ ਅਸਾਰ ਨੇ ਉਹ ਜਿਤਾਏ ਜਾ ਰਹੇ ਨੇ ਤੇ ਅਸਾਰ ਦਿਖ ਰਹੇ ਨੇ ਕਿ ਲਗਭਗ 20 ਮਈ ਦੇ ਕਰੀਬ ਆ ਕੇ ਜਿਹੜਾ ਇਹ ਤੂਫਾਨ ਆ ਇਹ ਭਾਰਤ ਦੀਆਂ ਤੱਟਾਂ ਦੇ ਨਾਲ ਟਕਰਾਏਗਾ ਤੇ ਨਾਲ ਲੱਗਦੇ ਜਿਹੜੇ ਸੂਬੇ ਹੋਣਗੇ ਸਮੁੰਦਰੀ ਰੇ ਸੈਮ ਸੀਮਾਵਾਂ ਦੇ ਨਾਲ ਲੱਗਦੇ ਤਾਂ ਉਹਨਾਂ ਇਲਾਕਿਆਂ ਵਿੱਚ ਜਿਹੜੇ ਕਾਫੀ ਵੱਡੇ ਰੂਪ ਵਿੱਚ ਜੜੀ ਤਬਾਹੀ ਆ ਉਹ ਇਸ ਤੂਫਾਨ ਦੇ ਨਾਲ ਜਿਹੜੀ ਮੱਚ ਸਕਦੀ ਹੈ ਸੋ ਬਾਕੀ ਕਾਫੀ ਵੱਡੇ ਪੱਧਰ ਤੇ ਨੁਕਸਾਨ ਹੋ ਸਕਦਾ ਹੈ ਇਸ ਲਈ ਇਹ ਲੀਆਂ ਸਰਕਾਰਾਂ ਨੇ ਇਹਨਾਂ ਸੂਬਿਆਂ ਵਿੱਚ ਜਿਹੜਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਸੋ ਬਾਕੀ ਸਮੇਂ ਸਮੇਂ ਦੀ ਲਈ ਜਾਣਕਾਰੀ ਇਸ ਦੇ ਸੰਬੰਧੀ ਆਪਾਂ ਤੁਹਾਡੇ ਲਈ ਸਾਂਝੀ ਕਰਦੇ ਰਹਾਂਗੇ ਸੋ ਇਹ ਸੀ ਅੱਜ ਦੀ 17 ਅਤੇ 18 ਮਈ ਦੀ ਮੌਸਮ ਦੀ ਜਾਣਕਾਰੀ ਬਾਕੀ ਲਗਾਤਾਰ ਮੌਸਮੀ ਅਪਡੇਟ ਲਈ ਚੈਨਲ ਪੰਜਾਬ ਵੈਦਰ ਨੂੰ ਸਬਸਕ੍ਰਾਈਬ ਕਰਕੇ ਚੈਨਲ ਨਾਲ ਜੁੜੇ ਰਹੋ ਧੰਨਵਾਦ ਜੀ